ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਪੂਸ਼ਾ 44 ਦੀ ਬਜਾਈ ਜਿਹੜੀ ਡੀਐਸਆਰ ਨਾਲ ਕੀਤੀ ਸੀ ਤੇ ਆ ਵਿਊ ਤੁਹਾਡੇ ਸਾਹਮਣੇ ਹੈ ਦੁੱਧਾ ਭਰ ਕੇ ਪੂਰਾ ਦਾਣਾ ਪੀੜਾ ਪੈਣਾ ਸਟਾਰਟ ਹੋ ਗਿਆ ਦੇਖੋ ਬੜਾ ਹੀ ਸਾਫ਼ ਸੁਥਰਾ ਇਹਦਾ ਦਾਣੇ ਤੁਹਾਨੂੰ ਦਿਖਾਵਾਂਗੇ ਤੇ ਹਰ ਇੱਕ ਬੱਲੀ ਦੇ ਵਿੱਚ ਦਾਣੇ ਨੇ ਜਿਹੜੇ ਆਮ ਜਿਹੜਾ ਆਪਾਂ ਕੱਦੂ ਕਰਕੇ ਝੋਨਾ ਲਾਉਨੇ ਆ ਉਹਦੇ ਵਿੱਚ ਵੱਧ ਤੋਂ ਵੱਧ 250 ਤੱਕ ਦਾਣਾ ਹੋਊਗਾ 260 ਤੱਕ ਹੋਊਗਾ ਇਹਦੇ ਵਿੱਚ 65 ਤੋਂ 70 ਦਾਣੇ ਆ ਤੇ ਲਾਸਟ ਤੱਕ ਇਹਦੀ ਗ੍ਰੀਨਨੈਸ ਦੇਖੋ ਬਹੁਤ ਹੀ ਸੋਹਣਾ ਤੇ ਪੜਾਈ ਵਧੀਆ ਉਹ ਦੂਸਰੇ ਦੇ ਨਾਲੋਂ ਸਪਰੇਆ ਵੀ ਘਟਨੇ ਇਹਦੇ ਵਿੱਚ ਜੂਰੀਆ ਵੀ ਘਟ ਲਈਏ ਨੇ ਤੇ ਪਾਣੀ ਦੀ ਤਾਂ ਬਚਤ ਤੁਸੀਂ ਜਾਣਦੇ ਹੋ ਕਿ ਡੀਐਸਆਰ ਦੇ ਵਿੱਚ ਬਹੁਤ ਜ਼ਿਆਦਾ ਘਟ ਦੂਸਰੇ ਤੋਂ ਪਾਣੀ ਲੈਂਦਾ ਹੈ ਤੇ ਬਾਕੀ ਦੇਖਿਆ ਜਾਵੇ ਤੇ ਆਪਾਂ ਜਿਸ ਤਰ੍ਹਾਂ ਗਵਰਨਮੈਂਟ ਦੇ ਯੂਨੀਵਰਸਿਟੀ ਦੇ ਜੋ ਮਾਹਿਰ ਡਾਕਟਰ ਨੇ ਇਹਦੇ ਵੱਲੀ ਉਪਰਾਲਾ ਕਰਦੇ ਨੇ ਇਹਦੇ ਵਾਰ ਕਿਸਾਨਾਂ ਨੂੰ ਖਿੱਚ ਰਹੇ ਨੇ ਕਿ ਡੀਐਸਆਰ ਦੀ ਆਪਾਂ ਬਜਾਈ ਕਰੀਏ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪਾਣੀ ਨੂੰ ਵੀ ਬਚਾ ਸਕੀਏ ਤੇ ਆਪਣੇ ਜਿਹੜੇ ਵਧੇਰੇ ਖਰਚੇ ਨੇ ਉਹਨਾਂ ਨੂੰ ਕੰਟਰੋਲ ਕਰਦੇ ਹੋਏ ਤੇ ਘੱਟ ਖਰਚੇ ਦੇ ਵਿੱਚ ਚੰਗੀ ਆਮਦਨੀ ਆਪਾਂ ਲੈ ਸਕੀਏ ਤੇ ਮੇਰਾ ਮੋਟਿਵ ਇਹੀ ਹੈ ਵੀਡੀਓ ਬਣਾਉਣ ਦਾ ਕਿ ਹਰੇਕ ਕਿਸਾਨ ਦੇ ਤੱਕ ਇਹ ਵੀਡੀਓ ਪਹੁੰਚੇ ਕਿਉਂਕਿ ਇਸ ਵਾਰ ਮੈਂ ਪਿਛਲੀ ਵਾਰ ਵੀ ਕੁਝ ਬੀਜਿਆ ਸੀ ਪਰ ਇਸ ਵਾਰ ਮੈਂ ਜ਼ਿਆਦਾ ਹੀ ਖੇਤ ਡੀਐਸਆਰ ਦੇ ਨਾਲ ਕਰਿਆ ਹੋਇਆ ਹੈ 14 ਸ ਇੱਕ ਮੁਛਲ ਵੀ ਲਾਈ ਹੈ ਉਹਦੇ ਵਿੱਚ ਵੀ ਕਿਤੇ ਝੰਡਾ ਰੋਗ ਨਹੀਂ 1692 ਵੀ ਲਾਈ ਹੈ ਉਹਦੇ ਵਿੱਚ ਵੀ ਕਿਤੇ ਝੰਡਾ ਰੋਗ ਦੀ ਬਕਾਨੀ ਰੋਗ ਜਿਹਨੂੰ ਕਹਿ ਦਿੰਦੇ ਨੇ ਕਿਤੇ ਕੋਈ ਦਿੱਕਤ ਨਹੀਂ ਹੈਗੀ ਬੜਾ ਸੋਹਣਾ ਖੜਿਆ ਉਹ ਵੀ ਤੇ ਪੁੱਛਾ 44 ਮੈਂ ਪਹਿਲੀ ਵਾਰੀ ਇਹ ਬਜਾਈ ਕੀਤੀ ਹੈ ਬੜਾ ਸੋਹਣਾ ਲੱਗਿਆ ਰਿਜ਼ਲਟ ਇਹਦਾ ਮੈਨੂੰ ਬਹੁਤ ਹੀ ਟਾਪ ਦਾ ਹੈ ਕੋਈ ਇਹਦੇ ਵਿੱਚ ਪੀਲੀ ਕੁੰਗੀ ਜਾਂ ਮਾਲਾ ਬੀਜਿਸ ਤਰ੍ਹਾਂ ਦਾ ਕੋਈ ਡੋਡੀ ਰੋਗ ਕਹਿ ਦਿੰਦੇ ਨੇ ਜਾਂ ਚੂਲਸ ਰੋਗ ਕਿਸੇ ਤਰ੍ਹਾਂ ਦੀ ਕੋਈ ਦੌਗੀ ਵਾਲੀ ਸ਼ਿਕਾਇਤ ਵੀ ਨਹੀਂ ਹੈਗੀ ਹਲਦੀ ਰੋਗ ਜਿਹਨੂੰ ਆਪਾਂ ਕਹਿ ਦਿੰਦੇ ਆ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਥੱਲੇ ਕੋਈ ਸ਼ੀਤ ਫਲਾਈਟ ਨਹੀਂ ਕਿਸੇ ਤਰ੍ਹਾਂ ਦਾ ਕੋਈ ਦਿੱਕਤ ਨਹੀਂ ਬੜਾ ਹੀ ਬਹੁਤ ਹੀ ਵਧੀਆ ਲੱਗਿਆ ਜੀ ਤੇ ਕਿਸਾਨ ਵੀਰਾਂ ਨੂੰ ਇਹ ਮੈਂ ਦਿਖਾਵਾਂਗਾ ਦੇਖੋ ਜੀ ਕਿਤੇ ਦਾਣੇ ਦੇ ਵਿੱਚ ਦਾਗ ਵੀ ਨਹੀਂ ਹੈਗਾ ਬੜਾ ਸਾਫ਼ ਸੁਥਰਾ ਦਾਣਾ ਜੀ ਇਹਦਾ ਬਿਲਕੁਲ ਤੇ ਪੂਰੀ ਦੁੱਧੇ ਦੇ ਨਾਲ ਭੱਲੀ ਭਰੀ ਹੋਈ ਹੈ ਤੇ ਕਿਸਾਨ ਵੀਰਾਂ ਨੂੰ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਜਿੰਨਾ ਹੋ ਸਕੇ ਸ਼ਾਰਟ ਟਾਈਮ ਬਰੇਟੀਆਂ ਲਾਓ ਜਿਹਦੇ ਵਿੱਚ ਆਪਣਾ ਪਾਣੀ ਤਾਂ ਬਚੇ ਹੀ ਬਚੇਗਾ ਤੇ ਆਪਾਂ ਨੂੰ ਰਿਆ ਸਪਰੇਆਂ ਤੋਂ ਤੇ ਜਿਆਦੀ ਮਹਿੰਗੀਆਂ ਦਵਾਈਆਂ ਤੋਂ ਰਾਹਤ ਮਿਲੂਗੀ ਤੇ ਉਹੀ ਜਿਹੜੀਆਂ ਮਹਿੰਗੀਆਂ ਦਵਾਈਆਂ ਰਿਆ ਸਪਰੇਆਂ ਨੇ ਉਹਨਾਂ ਨੂੰ ਨਾ ਵਰਤਦੇ ਹੋਏ ਉਹਨੇ ਹੀ ਖਰਚੇ ਆਪਾਂ ਘੱਟ ਕਰਦੇ ਹੋਏ ਤੇ ਆਪਣੀ ਆਮਦਨੀ ਦਾ ਵੱਧ ਲਾਹਾ ਖਟਾਂਗੇ ਤੇ ਇਹਦੇ ਨਾਲ ਹੀ ਸਤਿ ਸ੍ਰੀ ਅਕਾਲ ਧੰਨਵਾਦ ਜੀ ਨਮਸਕਾਰ ਰਾਮ ਰਾਮ ਨਮਸਕਾਰ ਰਾਮ ਰਾਮ